Jungle.
ਇਹ ਘੜੀਆਂ ਨਹੀਂ ਸਨ ਹੁੰਦੀਆਂ, ਪਰ ਘੜੀਆਂ ਨਾਮ ਸੀ ਕਿਉਂ ਸੀ ਸੋਚਣਾ ਪਏਗਾ, ਇਹਦਾ ਨਾਂ ਘੜੀ ਕਿਉਂ ਬਾਅਦ ਵਿੱਚ ਟਿਕਿਆ। ਗੁਰੂ ਕਹਿੰਦੇ ਨੇ ਸ਼ਰਮਿੰਦਗੀ ਹੈ ਜੇ ਕੋਈ ਪੁੱਛ ਲੈ ਤਾਏ ਤੇ ਤੂੰ ਆਖੇ ਮੇਰੀ ਘੜੀ ਚੱਲਦੀ ਨਹੀਂ। ਖਿਆਲ ਕਰ, ਵਿਚਾਰ ਦੇ ਦਿੰਦੇ ਉਸ ਘੜੀ ਨੂੰ ਕਿਸੇ ਨੇ ਕੀ ਕਰਨਾ ਜਿਹੜੀ ਚੱਲਦੀ ਨਹੀਂ। ਬਸ ਇਹੋ ਹੀ ਪਰਿਭਾਸ਼ਾ ਹੈ ਘੜੀ ਦੀ, ਘੜੀ ਚੱਲਦੀ ਹੈ ਤਾਂ ਘੜੀ ਹੈ, ਇੱਥੇ ਕੋਈ ਲੋੜ ਨਹੀਂ ਜਿਹੜੀ ਘੜੀ ਚੱਲਦੀ ਨਹੀਂ। ਤੇ ਜੇ ਘੜੀ ਚੱਲਦੀ ਦਾ ਨਾ ਹੀ ਹੈ ਤਾਂ ਫਿਰ ਤੂੰ ਕਦੀ ਸੋਚਿਆ ਜਿਸ ਘੜੀ ਦਾ ਜ਼ਿਕਰ ਬਾਣੀ ਵਿੱਚ ਉਹ ਵੀ ਚੱਲਦੀ ਹੈ। ਅੱਜ ਦੀ ਤੁਕ ਆਈ ਸੀ ਹੁਣ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਉ ਘਟ
ਰੱਖੇ ਉਹ ਘੜੀਆਂ ਵੀ ਚੱਲਦੀਆਂ ਨੇ। ਇਹ ਘੜੀ ਚੱਲਦੀ ਚਾਹੀਦੀ ਹੈ, ਉਹ ਘੜੀ ਵੀ ਚੱਲਦੀ ਹੈ। ਕਿੱਡੀ ਅਜੀਬ ਗੱਲ ਹੈ, ਇਹ ਘੜੀ ਤੈਨੂੰ ਚੱਲਦੀ ਦਿਸਦੀ ਹੈ, ਰੁਕ ਜਾਏ ਤੈਨੂੰ ਪਤਾ ਲੱਗ ਜਾਂਦਾ ਹੈ, ਪਰੇਸ਼ਾਨੀ ਹੋ ਜਾਂਦੀ ਹੈ, ਦਿਸਦੀ ਹੈ ਨਾ ਚੱਲਦੀ। ਚੱਲਦੀ ਉਹ ਘੜੀ ਵੀ ਹੈ ਪਰ ਤੈਨੂੰ ਦਿਸਦੀ ਨਹੀਂ, ਚੱਲਦੀ ਉਹ ਘੜੀ ਵੀ ਹੈ ਤੈਨੂੰ ਦਿਸਦੀ ਨਹੀਂ। ਇਸ ਲਈ ਉਸ ਘੜੀ ਦਾ ਤੂੰ ਧਿਆਨ ਹੀ ਨਹੀਂ ਦਿੱਤਾ। ਚੱਲ ਰਹੀ ਤੈਨੂੰ ਨਹੀਂ ਦਿਸਦੀ, ਘੜੀ ਦਾ ਇੱਕ ਇੱਕ ਸਕਿੰਟ ਤੂੰ ਹੱਥ ਦੇ ਬੰਨੀ ਹੋਈ ਦਾ ਗਿਣ ਸਕਣਾ, ਅੰਦਾਜ਼ਾ ਵੀ ਲਗਾ ਲੈਣਾ ਕਿ ਸਕਿੰਟਾਂ ਤੋਂ ਮਿੰਟ ਬਣੇ ਨੇ, ਮਿੰਟਾਂ ਤੋਂ ਘੰਟੇ ਬਣੇ ਨੇ। ਕਹਿਣਾ ਤੇ ਗੁਰੂ ਨੇ ਵੀ ਤਾਂ ਇਹੋ ਗੱਲ ਆਖੀ, ਕਹਿੰਦੇ ਨੇ ਦਿਨ ਤੇ ਪਹਿਰ ਬਦਲਦਾ, ਸਮੇਂ ਦੀ ਗਿਣਤੀ ਹੈ, ਕਿੱਡੀ ਅਜੀਬ ਗੱਲ ਹੈ। ਇਹ ਘੜੀ ਚੱਲਦੀ ਹੈ, ਇਹਦੇ ਮਿੰਟ ਸਕਿੰਟ ਘੰਟੇ ਗਿਣ ਗਿਣ ਕੇ ਤੂੰ ਆਖ ਦਿੰਦਾ ਇੰਨਾ ਸਮਾਂ ਬੀਤ ਗਿਆ ਹੈ, ਬੀਤ ਗਿਆ ਕਹਿਣਾ ਨਾ। ਪਰ ਕਿੱਡੀ ਅਜੀਬ ਗੱਲ ਹੈ, ਜਦੋਂ ਮੈਂ ਉਸ ਘੜੀ ਦਾ ਅੰਦਾਜ਼ਾ ਲਗਾਉਣਾ ਉੱਥੇ ਵੀ ਇਹੋ ਗੱਲ ਆਖੀ ਜਾਂਦੀ ਹੈ, ਅੰਦਾਜ਼ਾ ਲਗਾ ਕੇ ਤੂੰ ਆਖਣਾ ਮੈਨੂੰ ਦੋ ਘੰਟੇ ਹੋ ਗਏ ਨੇ ਤੈਨੂੰ ਇੱਥੇ ਉਡੀਕਦੇ, ਮੇਰਾ ਸਮਾਂ ਕਿਉਂ ਜ਼ਾਇਆ ਕੀਤਾ ਹੀ, ਤੈਨੂੰ ਮਹਿਸੂਸ ਹੁੰਦਾ ਨਾ। ਤੇ ਗੁਰੂ ਕਹਿੰਦਾ ਕਦੀ ਜੇ ਤੂੰ ਉਸ ਘੜੀ ਵੱਲ ਵੀ ਦੇਖ ਲੈ, ਉਹਨੂੰ ਚੱਲਦਾ ਵੀ ਦੇਖ ਲੈ, ਤਾਂ ਤੂੰ ਕਦੀ ਇਹ ਆਖਿਆ ਕਿ ਮੇਰਾ ਜ਼ਿੰਦਗੀ ਦਾ ਸਮਾਂ ਜੀਵਨ ਦਾ ਉਹ ਘੜੀਆਂ ਕਿਉਂ ਜ਼ਾਇਆ ਹੋ ਰਹੀਆਂ ਨੇ। ਜਨਮ ਅਕਾਜ ਰੇ, ਅਕਾਜ ਦਾ ਮਤਲਬ ਜ਼ਾਇਆ, ਕਿੱਡੀ ਅਜੀਬ ਗੱਲ ਹੈ। ਇਹ ਘੜੀ ਰਾਤ ਤੇ ਦਿਨ, ਦਿਨ ਤੋਂ ਬਾਅਦ ਰਾਤ ਬਣਾ ਰਹੀ ਹੈ, ਕਿੱਡੀ ਅਜੀਬ ਗੱਲ ਹੈ। ਇਸ ਰਾਤ ਤੇ ਦਿਨ ਨਾਲ ਚੱਲਦੀ ਹੋਈ ਘੜੀ ਦੀ ਐਗਜ਼ਾਮਪਲ ਦੇ ਕੇ ਗੁਰੂ ਆਖ ਰਹੇ ਨੇ ਸਮਾਂ ਨਹੀਂ ਹੋਗਾ ਇਸ ਘੜੀ।
ਘੜੀ ਦਾ ਬੀਤਿਆ ਵੀ ਨਹੀਂ ਆਉਂਦਾ। ਘੜੀ ਕੋਈ ਵੀ ਹੋਵੇ, ਉਹ ਕੇਵਲ ਸਮੇਂ ਦੀ ਐਗਜ਼ਾਮਪਲ ਹੈ। ਉਹਦਾ ਬੀਤਿਆ ਹੋਇਆ ਸਮਾਂ ਵਾਪਸ, ਤੇ ਸਮੇਂ ਦਾ ਨਾਮ ਹੀ ਅਵਸਰ ਹੈ। ਗੁਰੂ ਕਹਿੰਦੇ ਨੇ ਫਿਰ ਆ ਅਵਸਰ ਚਰੇ ਨਾ ਹੱਥਾ, ਜਿਹੜਾ ਇੱਕ ਵਾਰ ਸਮਾਂ ਹੱਥੋਂ ਲੰਘ ਗਿਆ ਮੁੜ ਵਾਪਸ ਤੇਰੇ ਹੱਥ ਨਹੀਂ ਆਉਂਦਾ। ਬਾਬਾ ਕਬੀਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾ ਸ਼ਬਦ ਹੈ ਜਿੱਥੇ ਬਾਬਾ ਕਬੀਰ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ, ਪਹਿਲਾ ਸ਼ਬਦ ਹੈ। ਉਹਦੇ ਲਫ਼ਜ਼ ਬੜੇ ਖੂਬਸੂਰਤ ਨੇ, ਇਹ ਸਮਝਣ ਵਾਲੇ ਨੇ। ਕਹਿੰਦੇ ਨੇ ਜਨਨੀ ਜਾਨਤ ਸੁਤ ਬੜਾ ਹੋਤ ਹੈ, ਕੰਠੇ ਪੈਰ ਪੈਰ ਤੋਂ ਦਿਨ, ਦਿਨ ਤੋਂ ਮਹੀਨੇ, ਮਹੀਨੇ ਤੋਂ ਵਰੇ ਬੀਤ ਰਹੇ ਨੇ। ਬੱਚਾ ਇੱਕ ਸਾਲ ਦਾ ਹੋ ਗਿਆ, ਮਾਂ ਨੇ ਚਾਅ ਨਾਲ ਉਹਦਾ ਜਨਮ ਦਿਨ ਮਨਾਉਣਾ, ਖੁਸ਼ੀ ਹੈ, ਬੜੀ ਖੁਸ਼ੀ ਹੈ। ਇੰਨੀ ਖੁਸ਼ ਕਿਉਂ ਹੈ ਮੇਰਾ ਪੁੱਤਰ ਅੱਜ ਸਾਲ ਦਾ ਹੋ ਗਿਆ ਹੈ, ਹੁਣ 5 ਸਾਲ ਦਾ ਹੋ ਗਿਆ ਹੈ, ਕਿਉਂ ਖੁਸ਼ ਹੈ, ਵੱਡਾ ਹੋ ਰਿਹਾ। ਪਰ ਬਾਬਾ ਕਬੀਰ ਬੜੀ ਸੁੰਦਰ ਵਿਅੰਗ ਨਾਲ ਦਲੀਲ ਦਿੰਦੇ ਨੇ ਤੇ ਕਹਿੰਦੇ ਨੇ ਹੇ ਮਾਂ ਕਿਹੜੀ ਭੋਲੀ ਹੈ, ਤੂੰ ਸਮਝ ਨਹੀਂ ਹੈ ਮੇਰਾ ਪੁੱਤਰ ਵੱਡਾ ਪਿਆ ਹੁੰਦਾ, ਮੇਰੇ ਕੋਲ ਪੁੱਛੇ ਮੈਂ ਆਖਾਂ ਨੂੰ ਛੋਟਾ ਪਿਆ ਹੁੰਦਾ ਹੈ, ਕਿਉਂਕਿ ਜ਼ਿੰਦਗੀ ਦੇ ਜੀਵਨ ਦੇ ਜਿੰਨਾ ਅਵਸਰ ਉਹਨੂੰ ਮਿਲਿਆ, ਜਿੰਨੀਆਂ ਘੜੀਆਂ ਉਹਨੂੰ ਮਿਲੀਆਂ ਨੇ ਉਹ ਘੱਟ ਰਹੀਆਂ ਨੇ। ਜੇ ਤੂੰ ਆਖੇ ਇਹ ਜੀਵਨ ਮੁੜ ਤੂੰ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਲੈ ਲੈ, ਬਿਲਕੁਲ ਇਹ ਕਿਆਫਾ ਗਲਤ ਹੈ। ਇਹ ਜਨਮ ਮਿਲਿਆ ਇਹਨੂੰ ਪਛਾਣ, ਇਹ ਘੜੀਆਂ ਦੀ ਕੀਮਤ ਕੀ ਹੈ, ਇਸ ਘੜੀ ਦੀ ਕੀਮਤ ਜਾਣਨਾ ਹੈ। ਜੇ ਇਹ ਬੰਦ ਹੋ ਜਾਏ ਘੜੀ ਸਾਧ ਕੋਲ ਲੈ ਜਾਣਾ ਹੈ, ਚਲਦੀ ਹੋਣੀ ਚਾਹੀਦੀ ਹੈ, ਪਰ ਚਲਦੀ ਘੜੀ ਦੀ ਵੈਲਿਊ ਤੂੰ ਜਾਣਦਾ ਨਹੀਂ, ਤੇਰੀ ਜੀਵਨ ਦੀ ਘੜੀ ਚੱਲ ਰਹੀ ਹੈ, ਤੂੰ ਤਾਂ ਰੁਕਦੀ ਨਹੀਂ। ਪਰ ਇੰਨੀ ਸਹਿਜ ਇੰਨੀ ਖਾਮੋਸ਼ੀ ਵਿੱਚ ਚੱਲ ਰਹੀ ਹੈ ਕਿ ਇਹਦੀ ਤਾਂ ਟਕ ਟਕ ਦੀ ਤੈਨੂੰ ਆਵਾਜ਼ ਆਉਂਦੀ ਹੈ, ਤੇਰੇ ਸਾਹਾਂ ਦੀ ਟਕ ਟਕ ਦੀ ਆਵਾਜ਼ ਵੀ ਤੈਨੂੰ ਨਹੀਂ ਜਗਾਉਂਦੀ, ਤੈਨੂੰ ਨਹੀਂ ਪਰੇਸ਼ਾਨ ਕਰਦੀ ਕਿ ਮੇਰੀ ਘੜੀ ਜੀਵਨ ਦੀ ਚੱਲ ਰਹੀ ਹੈ ਕਿ ਖਲੋ ਗਈ ਹੈ। ਉਹ ਚੱਲ ਰਹੀ ਪਰ ਤੈਨੂੰ ਕੋਈ ਅਹਿਸਾਸ ਵੀ ਨਹੀਂ। ਬਾਬਾ ਕਬੀਰ ਨੇ ਇਸੇ ਲਈ ਆਖਿਆ, ਕਹਿਣ ਲੱਗੇ ਜਨਨੀ ਜਾਨਤ ਸੁਤ ਬੜਾ ਹੋਤ ਹੈ, ਕਿਤਨਾ ਕਨਾ ਜਾਣੇ, ਕਿਤਨਾ ਕਨਾ ਜਾਣੇ, ਜੇ ਦਿਨ ਦਿਨ ਔਦ ਘਟਤ ਹੈ, ਫਿਰ ਆ ਅਵਸਰ ਚਰੇ ਨਾ ਹਾ।
ਬਲਕਿ ਇੱਥੋਂ ਤੱਕ ਆਖ ਦਿੱਤਾ। ਕਹਿਣ ਲੱਗੇ ਮਾਨਸ ਜਨਮ ਦੁਲੰਬ ਹੈ, ਅਵਸਰ ਹੈ ਜਨਮ ਦੁਲੰਬ ਹੈ, ਹੋਤ ਨਾ ਬਾਰੰਬਾਰ ਫਿਰ ਆ ਅਵਸਰ ਚਰਨਾ ਹਾ, ਹੋਤ ਨਾ ਬਾਰੰਬਾਰ। ਬਾਰ ਬਾਰ ਨਹੀਂ ਮਿਲਣਾ ਬਲਕਿ ਇੱਥੋਂ ਤੱਕ ਆਖ ਦਿੱਤਾ। ਸਤਿਗੁਰੂ ਨੇ ਬਾਣੀ ਵਿੱਚ ਕਹਿਣ ਲੱਗੇ ਕਬੀਰ ਇਹ ਤਨ ਜਾਏਗਾ, ਕਹੀਆਂ ਨੇ ਮਿਲੀਆਂ ਨੇ ਗਿਣ ਕੇ ਮਿਲੀਆਂ ਸਵਾਸ ਨੇ ਮਿਲੇ ਨੇ ਗਿਣ ਕੇ ਮਿਲੇ ਨੇ। ਤੇਰੀ ਮੇਰੀ ਮਰਜ਼ੀ ਤੇ ਨਹੀਂ ਕਿ ਅਸੀਂ ਵਧਾ ਘਟਾ ਲਈਏ। ਕਹਿਣ ਲੱਗੇ ਕਬੀਰ ਇਹ ਤਨ ਜਾਏਗਾ, ਸਖੋ ਤਾਲੇ ਹੋ ਬਹੋਰ। ਤੇਰੇ ਕੋਲ ਕੋਈ ਸ਼ਕਤੀ ਹੈ? ਤੇਰੇ ਕੋਲ ਕੋਈ ਤਾਕਤ ਹੈ? ਤੇਰਾ ਕੋਈ ਹੁਕਮ ਚੱਲਦਾ ਕਿ ਮੈਂ ਇਹ ਤਨ ਦੁਬਾਰਾ ਆਪਣੀ ਮਰਜ਼ੀ ਨਾਲ ਲੈ ਲਵਾਂ? ਜਦੋਂ ਤਨ ਲੈਣਾ ਤਾਂ ਕਿਤੇ ਰਹਿ ਗਿਆ, ਤੂੰ ਆਪਣੀ ਮਰਜ਼ੀ ਨਾਲ ਆਪਣਾ ਬਚਪਨ ਨਹੀਂ ਮੁੜ ਸਕਦਾ। ਤੂੰ ਆਪਣੀ ਮਰਜ਼ੀ ਨਾਲ ਆਪਣੀ ਜਵਾਨੀ ਨਹੀਂ ਵਾਪਸ ਲਿਆ ਸਕਦਾ। ਤੇਰੀ ਮਰਜ਼ੀ ਨਹੀਂ ਚੱਲਦੀ। ਕਹਿਣ ਲੱਗੇ ਸਕੋ ਤਾਂ ਲਿਓ ਬਹੋ, ਦੱਸ ਲੈ ਸਕਣਾ ਇਸ ਕਾਇਆ ਨੂੰ ਵਾਪਸ ਆਪਣੀ ਮਰਜ਼ੀ ਨਾਲ? ਬਲਕਿ ਗੁਰੂ ਨੇ ਇੱਥੋਂ ਤੱਕ ਆਖ ਦਿੱਤਾ। ਕਹਿਣ ਲੱਗੇ ਐਗਜ਼ਾਮਪਲ ਦਿੱਤੀ। ਕਹਿਣ ਲੱਗੇ ਮੈਂ ਤੈਨੂੰ ਬਾਰ ਬਾਰ ਇੱਕ ਗੱਲ ਸਮਝਾ ਰਿਹਾ, ਤੂੰ ਸਮਝ ਨਹੀਂ ਰਿਹਾ ਕਿ ਜ਼ਿੰਦਗੀ ਜੀਵਨ ਹੈ ਕੀ। ਕਹਿਣ ਲੱਗੇ ਜਾਂਦੇ ਆ
ਦੇਰ ਨਹੀਂ ਲੱਗਣੀ, ਬਲਕਿ ਇੱਕ ਐਗਜ਼ਾਮਪਲ ਦਿੱਤੀ ਨੇ। ਕਹਿੰਦੇ ਨੇ ਓਰੇ ਸਮਗਾਤ ਹੈ, ਆ ਲਫ਼ਜ਼ ਸਾਡੇ ਵਰਤੋਂ ਵਿੱਚ ਆਉਂਦਾ ਪਰ ਆਮ ਪ੍ਰਚਲਿਤ ਨਹੀਂ। ਓਰੇ ਦਾ ਅਰਥ ਹੁੰਦਾ ਹੈ ਗੜਾ ਤਰੇਲ, ਜਿਹੜੀ ਟਿੱਕੀ ਦਿਸਦੀ ਹੈ। ਓਰਾ ਆਪਾਂ ਪੰਜਾਬ ਵਿੱਚ ਕਹਿੰਦੇ ਹਾਂ, ਅੱਜ ਓਰਾ ਪਿਆ ਹੈ, ਜਦੋਂ ਬਰਫ਼ ਜੰਮ ਜਾਏ ਨਾ ਘਾਹ 'ਤੇ ਅਸੀਂ ਕਹਿੰਦੇ ਹਾਂ ਅੱਜ ਓਰਾ ਪਿਆ ਹੈ। ਅਤੇ ਇਹ ਜਦੋਂ ਵੱਡਾ ਹੋ ਜਾਏ ਅਸੀਂ ਕਹਿੰਦੇ ਹੁਣ ਓਲੇ ਪਏ ਨੇ, ਭਾਵ ਗੜੇ ਪਏ ਨੇ। ਓਲੇ ਅਤੇ ਓਰਾ ਇਹ ਦੋ ਲਫ਼ਜ਼ ਬੜੇ ਨੇੜੇ ਦੇ ਨੇ। ਜਦੋਂ ਥੋੜ੍ਹੀ ਥੋੜ੍ਹੀ ਬਰਫ਼ ਘਾਹ 'ਤੇ ਜੰਮ ਜਾਏ ਅਸੀਂ ਕਹਿੰਦੇ ਹਾਂ ਅੱਜ ਓਰਾ ਪਿਆ ਹੈ। ਅਤੇ ਜਦੋਂ ਉਹ ਬਰਫ਼ ਵੱਡੇ ਵੱਡੇ ਪੀਸ ਬਣ ਜਾਣ ਫਿਰ ਅਸੀਂ ਕਹਿੰਦੇ ਹਾਂ ਅੱਜ ਓਲੇ ਪਏ ਨੇ। ਪਰ ਇੱਕ ਖਿਆਲ ਕਰੋ, ਭਾਵੇਂ ਓਰਾ ਹੋਵੇ ਅਤੇ ਭਾਵੇਂ ਓਲੇ ਹੋਣ, ਗੜੇ ਪੈਣ, ਉਹਨਾਂ ਦੀ ਉਮਰ ਕਿੰਨੀ ਕੁ ਹੁੰਦੀ ਹੈ? ਕਿੰਨੀ ਕੁ ਹੁੰਦੀ? ਓਰਾ ਪੈ ਜਾਏ ਦੋ ਚਾਰ ਘੰਟੇ ਬਾਅਦ, ਜ਼ਰਾ ਕੁ ਧੁੱਪ ਚੜ੍ਹੀ, ਓਰਾ ਖਤਮ ਹੋ ਗਿਆ, ਪਾਣੀ ਬਣ ਗਿਆ, ਖਤਮ ਹੋ ਗਿਆ। ਜੇ ਗੜੇ ਵੀ ਪੈ ਗਏ ਤੇ ਤੁਸੀਂ ਦੇਖੋਗੇ 15-20 ਮਿੰਟ ਬਾਅਦ ਗੜੇ ਨਹੀਂ ਲੱਭਦੇ ਉੱਥੋਂ, ਫਿਰ ਪਾਣੀ ਹੋ ਜਾਂਦਾ ਹੈ। ਓਰਾ ਗਾਰ ਪਾਣੀ ਭਾਇਆ। ਗੁਰਬਾਣੀ ਅੰਦਰ ਬੜੀ ਸੋਹਣੀ ਸੰਗਿਆ ਦਿੱਤੀ ਨੇ ਇੱਕ ਥਾਂ 'ਤੇ, ਕਹਿਣ ਲੱਗੇ ਓਲਿਆਂ ਦੀ ਓਰਾ ਗਰ ਦੀ ਆਪਣੀ ਹੋਂਦ ਹੈ, ਉਹ ਆਪਣੀ ਹੋਂ ਆਪਣੀ ਹੋਂਦ ਸਾਬਤ ਕਰਦਾ ਹੈ। ਵੱਖਰੇ ਵੱਖਰੇ ਨੇ ਨਾ, ਬਲਕਿ ਜੇ ਜ਼ਰਾ ਵੱਡਾ ਹੋਵੇ ਤਾਂ ਉਹ ਕਿਸੇ ਨੂੰ ਵੱਜਦਾ ਵੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਗੱਡੀਆਂ ਵਿੱਚ ਡੈਂਟ ਪੈ ਜਾਂਦੇ ਨੇ, ਸਭ ਕੁਝ, ਕਿਉਂਕਿ ਮਜ਼ਬੂਤ ਹੈ, ਆਪਣੀ ਹੋਂਦ ਕਾਇਮ ਰੱਖਦਾ। ਪਰ ਉਹਨੂੰ ਇਹ ਪਤਾ ਨਹੀਂ ਵੀ ਇਹ ਹੋਂਦ ਤਾਂ ਥੋੜ੍ਹੀ ਦੇਰ ਹੀ ਹੈ। ਜਦੋਂ ਤੂੰ ਅਰਬੀ ਦਰਗਾਹ ਵੱਲ ਸਮੁੰਦਰ ਵੱਲ ਜਾਏਗਾ ਤੇਰੀ ਇਹ ਹੋਂਦ ਕਾਇਮ ਨਹੀਂ ਰਹਿਣੀ ਜਿਹਦੇ ਤੋਂ ਪੈਦਾ, ਕਿਉਂਕਿ ਓਲੇ ਆਖਰ ਜਿਹੜੇ ਪੈਂਦੇ ਨੇ, ਬਾਰਿਸ਼ ਜਿਹੜੀ ਪੈਂਦੀ ਹੈ ਸਾਰੀ ਪਾਣੀ ਤਾਂ ਬੁਖਾਰਾਤ ਜਿਹੜੇ ਸਮੁੰਦਰ ਵਿੱਚੋਂ ਹੀ ਨਿਕਲਦੇ ਨੇ। ਕਹਿ ਲੱਗੇ ਜਿਹਦੇ ਤੋਂ ਪੈਦਾ ਹੋਏ, ਜਦੋਂ ਤੂੰ ਉਹਦੇ ਵੱਲ ਤੁਰੇਗਾ ਨਾ ਤੂੰ ਓਲੇ ਬਣ ਕੇ ਨਹੀਂ ਤੁਰ ਸਕਦਾ। ਗੁਰਬਾਣੀ ਨੇ ਸਪਸ਼ਟ ਕੀਤਾ, ਕਹਿਣ ਲੱਗੇ ਕੁਝ ਮਿੰਟਾਂ ਬਾਅਦ ਇਹ ਓਰਾ ਗਰ ਜਿਹੜਾ ਹੈ ਪਾਣੀ ਭਰਿਆ। ਹੁਣ ਜਿਹੜੀ ਨਦੀ ਵਗਦੀ ਹੈ ਉੱਥੇ ਓਲੇ ਥੋੜਾ ਵਗਦੇ ਨੇ, ਜਿਹੜੀ ਨਦੀ ਸਮੁੰਦਰ ਵੱਲ ਜਾ ਰਹੀ ਹੈ ਉਹ ਨਦੀ ਵਿੱਚ ਕੋਈ ਬਰਫ਼ ਥੋੜਾ ਵਗ ਰਹੀ ਹੈ, ਉੱਥੇ ਕੋਈ ਓਲੇ ਗੜੇ ਥੋੜਾ ਵਗ ਰਹੇ ਨੇ, ਉੱਥੇ ਤੇ ਪਾਣੀ ਵਗ ਰਿਹਾ। ਤੇ ਪਾਣੀ ਵੀ ਉਹ ਹੀ ਹੈ ਜਿਹੜਾ ਓਰਾ ਦਰ ਤੋਂ ਪਾਣੀ ਹੋਇਆ। ਭਾਵੇਂ ਤੁਸੀਂ ਪਰਬਤਾਂ ਪਹਾੜਾਂ ਹਿਮਾਲਿਆ ਤੇ ਚਲੋ, ਉੱਥੇ ਓਰਾ ਗਰ ਪਾਣੀ ਬਰਫ਼ ਦਾ ਰੂਪ ਹੈ ਤੇ ਉਹ ਹੀ ਬਰਫ਼ ਖੁਰਦੀ ਰਹਿੰਦੀ ਹੈ, ਉਹ ਜਿਹੜਾ ਓਰਾ ਗਰ ਹੈ ਉਹ ਖੁਰਦਾ ਰਹਿੰਦਾ, ਉਹ ਬਣਦਾ ਪਾਣੀ। ਤੇ ਜਦੋਂ ਪਾਣੀ ਬਣਦਾ ਫਿਰ ਉਹ ਨਦੀ ਬਣਦੀ ਹੈ, ਫਿਰ ਜਿਸ ਸਮੁੰਦਰ ਵੱਲੋਂ ਆਈ ਹੁੰਦੀ ਹੈ
ਉਧਰ ਵਧਦੀ ਹੈ। ਗੁਰੂ ਨੇ ਇਹੋ ਗੱਲ ਆਖੀ, ਕਹਿ ਲੱਗੇ ਉਹਰਾ ਗੜ ਪਾਣੀ ਵਾਇਆ ਜਾਏ ਮਿਲਿਓ ਢਲ ਕੂੜ। ਉਹ ਭਲਿਆ ਉਹਰਾ ਗੜ ਦੀ ਆਪਣੀ ਕੋਈ ਹੋਂਦ ਥਿਰ ਨਹੀਂ, ਕਦੀ ਸਥਿਰ ਨਹੀਂ ਰਹਿੰਦਾ, ਕਦੀ ਹਮੇਸ਼ਾ ਨਹੀਂ ਰਹਿੰਦਾ। ਘੜੀ ਦੋ ਘੜੀ ਦਾ ਪਲ, ਦੋ ਪਲ ਦਾ ਮਹਿਮਾਨ ਹੁੰਦਾ ਹੈ, ਸਿਰਫ ਉਹਨੂੰ ਆਪਣੇ ਜੀਵਨ ਦੀ ਘੜੀ ਚੱਲਦੀ ਦਿਸਦੀ ਨਹੀਂ, ਹੱਥ ਤੇ ਬੰਨੀ ਹੋਈ ਘੜੀ ਚੱਲਦੀ ਦਿਸਦੀ ਹੈ। ਇਸ ਲਈ ਇਹਦਾ ਇੱਕ ਇੱਕ ਪਲ, ਇੱਕ ਇੱਕ ਮਿੰਟ ਇਸ ਗਿਣ ਰਿਹਾ ਹੈ, ਉਹਦੇ ਮੁਤਾਬਕ ਆਪਣੇ ਪ੍ਰੋਗਰਾਮ ਪਿਆ ਬਣਾਉਂਦਾ ਹੈ। ਪਰ ਗੁਰੂ ਕਹਿੰਦੇ ਨੇ, ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ, ਤੇਰਾ ਜੀਵਨ ਵੀ ਇੱਕ ਘੜੀ ਹੈ, ਚੱਲ ਰਹੀ ਚੱਲਦੀ ਘੜੀ ਹੈ, ਤੇ ਚੱਲਦੀ ਚੀਜ਼ ਜਿਹੜੀ ਚੱਲਦੀ ਘੜੀ, ਚੱਲਦਾ ਉਸ ਚੱਲਦਾ ਸਮਾਂ ਜਿਹੜਾ ਹੈ, ਉਹ ਇੱਕ ਵਾਰ ਲੰਘ ਜਾਏ ਮੁੜ ਵਾਪਸ ਨਹੀਂ ਆਉਂਦਾ। ਉਹਨੂੰ ਤੂੰ ਆਪਣੀ ਗ੍ਰਿਪ ਵਿੱਚ ਆਪਣੀ ਮਰਜ਼ੀ ਨਾਲ ਲੈ ਜਾ। ਕਹਿਣ ਲੱਗੇ ਇਸੇ ਤਰ੍ਹਾਂ ਜਿਵੇਂ ਸਾਹ ਚੱਲ ਰਹੇ ਨੇ, ਪਰ ਤੈਨੂੰ ਪਤਾ ਵੀ ਨਹੀਂ ਕਿ ਸਾਹ ਕਦੀ ਗਿਣਨੇ, ਹੱਥ ਤੇ ਬੰਨੀ ਹੋਈ ਜਿਹੜੀ ਘੜੀ ਹੈ ਉਹਦੇ ਤੇ ਅਸੀਂ ਮਿੰਟ ਮਿੰਟ ਗਿਣ ਲੈਂਦੇ ਹਾਂ, ਪਰ ਜਿਹੜੇ ਸਵਾਸ ਚੱਲ ਰਹੇ ਨੇ ਸਾਡੀ ਘੜੀ ਨਾਲ, ਜੀਵਨ ਦੀ ਘੜੀ ਨਾਲ, ਕਦੀ ਗਿਣੇ ਨੇ? ਸਾਨੂੰ ਤੇ ਪਤਾ ਹੀ ਨਹੀਂ ਅਸੀਂ ਕਦੋਂ ਸਾਹ ਲਿਆ, ਕਦੋਂ ਸਾਹ ਵਾਪਸ ਆਇਆ, ਬਿਲਕੁਲ ਕੋਈ ਗਿਣਤੀ ਨਹੀਂ। ਕਾਰਨ ਉਹ ਘੜੀ ਜਿਹੜੀ ਅਸੀਂ ਹੱਥ ਤੇ ਬੰਨੀ ਹੋਈ ਹੈ, ਉਹ ਅਸੀਂ ਮੁੱਲ ਲਈ ਹੈ, ਅਸੀਂ ਵੇਖਦੇ ਹਾਂ ਚੱਲਦੀ ਹੈ, ਪੈਸੇ ਖਰਚ ਕੀਤੇ ਨੇ, ਪਰ ਇਹ ਘੜੀਆਂ ਜਿਹੜੀਆਂ ਸਾਨੂੰ ਜੀਵਨ ਦੀਆਂ ਮਿਲੀਆਂ ਨੇ, ਉਹ ਅਸੀਂ ਮੁੱਲ ਨਹੀਂ ਲਈਆਂ। ਜੀਵਨ ਦੀਆਂ ਘੜੀਆਂ ਅਸੀਂ ਮੁੱਲ ਨਹੀਂ ਲਈਆਂ, ਇਹ ਚੱਲ ਰਹੀ ਹੈ, ਉਹਰਾ ਗਰ ਪਾਣੀ ਹੋ ਰਿਹਾ, ਆਪਣੀ ਹੋਂਦ ਮਨੁੱਖ ਦੀ ਖਤਮ ਹੋ ਰਹੀ ਹੈ। ਪਰ ਮਨੁੱਖ ਨੂੰ ਇਹ ਅਹਿਸਾਸ ਵੀ ਨਹੀਂ, ਅੰਦਰ ਚੇਤਾ ਵੀ ਨਹੀਂ ਵੀ ਸਾਡੇ ਜੀਵਨ ਦੀ ਘੜੀ ਜਿਹੜੀ ਬੀਤ ਗਈ ਮੁੜ ਵਾਪਸ ਨਹੀਂ ਆਉਣੀ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਇਸ ਗੱਲ ਨੂੰ ਦਾ ਅਹਿਸਾਸ ਕਰਾਇਆ ਤੇ ਕਹਿਣ ਲੱਗੇ, ਮੈਂ ਤੈਨੂੰ ਬੜਾ ਸਮਝਾਇਆ ਕਿ ਜੀਵਨ ਬਤੀਤ ਹੋ ਰਿਹਾ ਹੈ, ਇੱਕ ਆਇਆ ਇਹ ਮਨੁੱਖ ਜੀਵਨ ਜਿਹੜਾ ਤੈਨੂੰ ਇੱਕ ਵਾਰ ਮਿਲਿਆ, ਮੁੜ ਬਾਰ ਬਾਰ ਨਹੀਂ ਮਿਲਣਾ, ਇਹਦਾ ਕੋਈ ਕਾਜ਼ ਹੈ ਪਰ ਉਹ ਪੜ੍ਹਨੇ ਭਈ ਪ੍ਰਾਪਤ ਪ੍ਰਭੂ। ਮੈਂ ਕਈ ਵਾਰੀ ਸੋਚਣਾ ਜਦੋਂ ਜੀਵਨ ਦੀਆਂ
ਗਹਿਰਾਈਆਂ ਵਿੱਚ ਜਾਣਾ ਤੇ ਸੋਚਦਾ ਹਾਂ। ਜੇ ਭਲਾ ਮਨੁੱਖ ਨੂੰ ਇਹ ਜੀਵਨ ਦੀਆਂ ਚੱਲਦੀਆਂ ਹੋਈਆਂ ਸਵਾਸਾਂ ਦੀਆਂ ਘੜੀਆਂ ਦੀ ਗਿਣਤੀ ਕਰਨੀ ਵੀ ਆ ਜਾਏ, ਸੋਚੋ ਇਹ ਜੀਵਨ ਜਿਉਣਾ ਕਿੱਡਾ ਮੁਸ਼ਕਲ ਬਣ ਜਾਏ। ਅੱਜ ਅਸੀਂ ਇੰਨੀ ਬੇਪਰਵਾਹੀ ਨਾਲ ਜੀਵ ਰਹੇ ਹਾਂ, ਕਿਉਂ ਜੀਵ ਰਹੇ ਹਾਂ? ਤੇ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਹਿਕਮਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਫਿਰ ਨਾਲ ਹੀ ਕਹਿਣ ਲੱਗੇ ਜਿਹਨੂੰ ਕੁਛ ਜਾਣਿਓ ਨਹੀਂ ਤਿੰਨ ਸੌ ਕਰਿਆ ਨਿਭਾਏ। ਜਿਸ ਦਿਨ ਸਾਨੂੰ ਇਹ ਜੀਵਨ ਦੀਆਂ ਘੜੀਆਂ ਗਿਣਨ ਦੀ ਆਦਤ ਪੈ ਗਈ, ਫਿਰ ਸਾਡੇ ਇਹ ਅੱਜ ਵਾਲੇ ਕਲੋਲ, ਸਾਡੇ ਅੱਜ ਵਾਲੇ ਖੁਸ਼ੀਆਂ ਖੋਲੇ ਸਾਨੂੰ ਨਾ ਮਿਲਦੀਆਂ ਜੋ ਅਸੀਂ ਅੱਜ ਭੋਗਦੇ। ਮੈਂ ਕਹਿੰਦਾ ਇਹ ਮੇਰੇ ਰੱਬ ਦੀ ਰਹਿਮਤ ਹੈ, ਜਿੰਨੇ ਘੜੀਆਂ ਤਾਂ ਗਿਣਤੀ ਦੇ ਦਿੱਤੀਆਂ ਨੇ, ਪਰ ਕਮ ਸੇ ਕਮ ਉਹਨੂੰ ਸੋਚਣ ਲਈ ਤੇਰੇ ਤੇ ਕੁਛ ਨਿਰਭਰ ਕੀਤਾ। ਕਹਿਣ ਲੱਗੇ ਜੇ ਮੈਂ ਹੀ ਤੈਨੂੰ ਇਹਨੀ ਗਿਣਤੀ 'ਚ ਪਾ ਦਿੱਤਾ ਤੂੰ ਸੰਸਾਰ ਵਿੱਚ ਜੀਉ ਹੀ ਨਹੀਂ ਸਕੇਗਾ। ਰੱਬ ਨੇ ਆਪ ਗਿਣਤੀ ਵਿੱਚ ਨਹੀਂ ਪਾਇਆ, ਬਲਕਿ ਤੈਨੂੰ ਇੱਕ ਸਿੱਖਿਆ ਦਿੱਤੀ, ਬਾਣੀ ਰਾਹੀਂ ਤੈਨੂੰ ਇੱਕ ਉਪਦੇਸ਼ ਦਿੱਤਾ। ਉਹ ਇਹ ਸੀ ਕਿ ਮੈਂ ਤੈਨੂੰ ਗਿਣਤੀ 'ਚ ਨਹੀਂ ਪਾਇਆ ਤਾਂ ਕਿ ਤੇਰਾ ਜੀਵਨ ਰੁੱਖਾ ਨਾ ਹੋ। ਜਦੋਂ ਵੀ ਗਿਣਤੀ ਦਾ ਮਸਲਾ ਆ ਜਾਂਦਾ ਉਦੋਂ ਰੁੱਖਾ ਹੋ ਜਾਂਦਾ। ਦੇਖੋ ਸਾਨੂੰ ਕਿਸੇ ਦੀ ਉਡੀਕ ਹੋਵੇ, ਅਸੀਂ ਬਾਰ ਬਾਰ ਘੜੀ ਵੱਲ ਦੇਖ ਰਹੇ ਹੋਈਏ, ਸਾਨੂੰ ਇੱਕ ਇੱਕ ਮਿੰਟ ਲੰਘਾਉਣਾ ਬੜਾ ਔਖਾ ਹੋ ਜਾਂਦਾ ਹੈ। ਔਖਾ ਹੋ ਜਾਂਦਾ, ਘੜੀ ਤਾਂ ਉਹ ਹੀ ਹੈ, ਟਾਈਮ ਵੀ ਉਹ ਹੀ ਹੈ, ਪਰ ਕਿਉਂਕਿ ਅਸੀਂ ਘੜੀ ਵੱਲ ਦੇਖ ਰਹੇ ਹਾਂ ਇਸ ਲਈ ਇੱਕ ਇੱਕ ਮਿੰਟ ਲੰਘਾਉਣਾ ਔਖਾ ਹੈ। ਪਰ ਜਦੋਂ ਧਿਆਨ ਨਾ ਹੋਵੇ ਉਦੋਂ ਘੰਟੇ ਲੰਘ ਜਾਂਦੇ ਨੇ। ਗੁਰੂ ਕਹਿੰਦੇ ਨੇ ਬਸ ਤੇਰਾ ਧਿਆਨ ਤੇਰੇ ਤੇ ਨਿਰਭਰ ਕਰ ਦਿੱਤਾ, ਆਹ ਹੈ ਮੇਰੇ ਮਾਲਕ ਦੀ ਰਹਿਮਤ। ਉਹਨੇ ਤੇਰੇ ਦਿਮਾਗ ਵਿੱਚ ਉਹ ਚੇਤਨਤਾ ਦਾ ਰੂਪ ਨਹੀਂ ਪਾਇਆ ਕਿ ਤੇਰਾ ਧਿਆਨ ਹਮੇਸ਼ਾ ਜੀਵਨ ਦੀਆਂ ਘੜੀਆਂ ਨੂੰ ਗਿਣਦਾ ਰਹੇ, ਬਲਕਿ ਤੇਰੇ ਤੇ ਨਿਰਭਰ ਕੀਤਾ ਹੈ। ਕਹਿਣ ਲੱਗੇ ਭਲਿਆ ਜੇ ਆਹ ਘੜੀ ਦੇਖਣਾ ਤਾਂ ਜੀਵਨ ਦੀਆਂ ਘੜੀਆਂ ਵੀ ਜ਼ਰੂਰ ਦੇਖ। ਮੈਂ ਤੈਨੂੰ ਬਾਰ ਬਾਰ ਸਮਝਾ ਰਿਹਾ ਕਿ ਜਿਹੜਾ ਸਮਾਂ ਜੀਵਨ ਦਾ ਤੇਰੇ ਹੱਥੋਂ ਨਿਕਲ ਗਿਆ, ਲੋਕ ਕਹਾਵਤਾਂ ਬੜੀਆਂ ਬਣ ਗਈਆਂ ਸੰਸਾਰ ਅੰਦਰ ਕਿ ਚਲਦੇ ਹੋਏ ਪਾਣੀ ਕਦੀ ਵਾਪਸ ਨਹੀਂ ਆਏ, ਚਲਦੇ ਚਲੇ ਗਏ ਤੀਰ ਕਦੀ ਵਾਪਸ ਨਹੀਂ ਆਏ, ਬੋਲੇ ਹੋਏ ਬਚਨ ਕਦੀ ਵਾਪਸ ਨਹੀਂ। ਇਹ ਕਹਾਵਤਾਂ ਸੰਸਾਰ ਨੇ ਐਵੇਂ ਨਹੀਂ ਬਣਾਈਆਂ। ਕਹਿਣ ਲੱਗੇ ਇਹ ਸਾਰੀਆਂ ਗੱਲਾਂ ਕੇਵਲ ਤੇਰੇ ਮਨ ਨੂੰ ਸਮਝਾਉਣ ਲਈਆਂ ਨੇ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਇਹੋ ਗੱਲ ਆਖਦੇ ਨੇ, ਰਾਮ ਭਜੇ ਗਵਾਰ ਦਾ ਮਤਲਬ ਮੁਰਖ
ਘੜੀਆਂ ਚੱਲ ਰਹੀਆਂ ਨੇ, ਤੇਰਾ ਆਪਣਾ ਜੀਵਨ ਜਿਹਨੂੰ ਤੂੰ ਕਹਿੰਦਾ ਫਲਾਣਾ ਵੱਡਾ ਹੋ ਰਿਹਾ, ਉਹ ਬਦਲ ਅਸੀਂ ਵੱਡਾ ਵਡੇਰਾ ਆਖ ਦਿੰਦੇ ਹਾਂ ਵੀ ਇਹ ਵੱਡਾ ਹੋ ਗਿਆ, ਬੜਾ ਭੁਲੇਖ ਹੈ। ਗੁਰੂ ਕਹਿੰਦੇ ਨੇ ਨਹੀਂ, ਇਹ ਤਾਂ ਛੋਟਾ ਹੋ ਗਿਆ। ਕਹਾਣੀ ਤਾਂ ਓਰੇ ਸਮ ਭਾਵ ਇੱਕ ਓਲੇ ਵਾਂਗੂ ਹੈ, ਗੜੇ ਦੇ ਓਰੇ ਵਾਂਗੂ ਹੈ, ਜਿਹੜੀ ਕੁਝ ਮਿੰਟਾਂ ਕੁਝ ਘੰਟਿਆਂ ਵਿੱਚ ਖਤਮ ਹੋ ਜਾਂਦੀ ਹੈ। ਜੇ ਤੁਸੀਂ ਗੜਿਆਂ ਨੂੰ ਸੰਭਾਲਣਾ ਚਾਹੋ ਨਹੀਂ, ਜੇ ਤੁਸੀਂ ਕਿਸੇ ਘਾਹ ਦੀ ਤਿੜ ਤੇ ਪਏ ਹੋਏ ਓਰੇ ਨੂੰ ਸੰਭਾਲਣਾ ਚਾਹੋ ਤਾਂ ਬਿਲਕੁਲ ਅਸਮਰੱਥ ਹੋ, ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਗੁਰੂ ਆਖ ਰਹੇ ਨੇ ਕਦੀ ਇਹੋ ਹੀ ਗੱਲ ਆਪਣੇ ਜੀਵਨ ਤੇ ਘਟਦੀ ਕਰ ਕਿ ਜੀਵਨ ਦਾ ਉਹ ਪਲ ਜਿਹੜਾ ਤੇਰੇ ਹੱਥੋਂ ਨਿਕਲ ਗਿਆ, ਜੇ ਤੂੰ ਉਹ ਸੰਭਾਲਣਾ ਚਾਹੇ ਤੇਰੇ ਵੱਸ ਦੀ ਗੱਲ ਨਹੀਂ। ਇਹ ਤਾਂ ਕਹਾਣੀ ਉਹਦੇ ਵਰਗੀ ਹੈ, ਕਹਿਣ ਲੱਗੇ ਕਿਸੇ ਨਦੀ ਦੇ ਨਹਿਰ ਦੇ ਕੰਢੇ ਜਾਓ, ਜਿਹੜੀ ਉਚਾਈ ਜਿਹੜੀ ਡੂੰਘਾਈ ਜਿਹੜੀ ਸਤਾ ਅੱਜ ਹੈ ਕੱਲ ਵੀ ਇਹੋ ਹੀ ਹੋਵੇਗੀ। ਪਾਣੀ ਜਿੰਨੀ ਡੂੰਘਾਈ ਵਿੱਚ ਕੱਲ ਚੱਲ ਰਿਹਾ ਸੀ ਅੱਜ ਵੀ ਚੱਲੇਗਾ, ਪਰ ਉਸਦੀ ਡੂੰਘਾਈ ਦੇ ਰੂਪ ਦਾ ਅੰਦਾਜ਼ਾ ਲਗਾ ਕੇ ਇਹ ਨਾ ਸਮਝ ਲਈ ਕੱਲ ਵਾਲਾ ਪਾਣੀ ਹੈ। ਡੂੰਘਾਈ ਹੁੰਦੀ ਕੱਲ ਵਾਲੀ ਜ਼ਰੂਰ ਹੈ, ਪਾਣੀ ਕੱਲ ਵਾਲਾ ਨਹੀਂ, ਉਹ ਚਲਾ ਗਿਆ।
ਨਦੀਆਂ ਨੀਰ ਰਹਿਣ ਨਿਤ ਤਾਰੂ ਉਹ ਕਦੀ ਨਾ ਹੋਵਣ ਹਲਕੇ। ਅਤੇ ਅਗਲੀ ਲਾਈਨ ਵਿੱਚ ਕਹਿਣ ਲੱਗੇ ਜੋ ਜਲ ਅੱਜ ਗਏ ਇਸ ਰਾਹੀਂ ਉਹ ਫੇਰ ਨਾ ਆਵਣ ਭਰ ਕੇ। ਇਹ ਜਹਾਨ ਵਸਿੰਦ ਦਾ ਸੰਸਾਰ ਦੀ ਸਤਾ ਇਹ ਬਣੀ ਰਹੇ ਜੀ। ਇਹ ਗਿਣਤੀ ਦਿਨ ਬ ਦਿਨ ਵੱਧ ਰਹੀ ਹੈ, ਘੱਟ ਨਹੀਂ ਰਹੀ। ਮਰਦਮਸ਼ੁਮਾਰੀ ਜਿਹੜੇ ਕਰਦੇ ਨੇ ਉਹ ਅੰਦਾਜ਼ਾ ਲਗਾ ਲੈਂਦੇ ਨੇ, ਗਿਣਤੀ ਵੱਧ ਰਹੀ ਹੈ, ਘੱਟ ਨਹੀਂ ਰਹੀ। ਪਰ ਮਸਾਨ ਭੂਮਿਕਾ ਵਿੱਚ ਜਾ ਕੇ ਦੇਖ, ਉੱਥੋਂ ਦੀ ਗਿਣਤੀ ਤੂੰ ਨਾਲ ਸ਼ਾਮਿਲ ਕਰਕੇ ਵੇਖ ਕੀ ਹੈ। ਜਿਹੜੇ ਅੱਜ ਮੇਰੇ ਮਿੱਤਰ ਬੈਠੇ ਨੇ, ਹੋ ਸਕਦਾ ਕੱਲ੍ਹ ਮੇਰੇ ਸਮੇਤ ਉਹਨਾਂ ਵਿੱਚ ਅਸੀਂ ਨਾ ਹੋਈਏ। ਕਹਿਣ ਲੱਗੇ ਇਸ ਗੱਲ ਦਾ ਅੰਦਾਜ਼ਾ ਤੂੰ ਕਦੀ ਆਪਣੀ ਚੱਲਦੀ ਹੋਈ ਘੜੀ ਨੂੰ, ਜੀਵਨ ਦੀ ਚੱਲਦੀ ਹੋਈ ਘੜੀ ਨੂੰ ਕਦੀ ਤੂੰ ਸੋਚਿਆ ਹੀ ਨਹੀਂ। ਕਹਿਣ ਲੱਗੇ ਇਵੇਂ ਰਹੇ ਜਹਾਨ ਵਸਿੰਦਾ, ਮੁੜ ਅਸੀਂ ਨਾ ਬਹਿਣਾ ਰਲ ਕੇ। ਸਤਿਗੁਰੂ ਬਖਸ਼ਿਸ਼ ਕਰੇ ਸਾਡਾ ਸਾਧ ਸੰਗਤ ਦਾ ਜਿਹੜਾ ਰੂਪ ਹੈ ਨਾ, ਇਹ ਬਣਿਆ ਰਹੇ। ਜੀਵ ਇਉਂ ਹੀ ਜਾਂਦੇ ਨੇ ਜਿਵੇਂ ਪਾਤਰ ਮੰਚ 'ਤੇ ਆਪਣਾ ਆਪਣੀ ਕਿਸਮ ਦਾ ਆਪਣੀ ਐਕਟਿੰਗ ਕਰਕੇ ਬਦਲ ਜਾਂਦਾ, ਚਲਾ ਜਾਂਦਾ, ਪਰ ਕਹਾਣੀ ਕੰਟੀਨਿਊ ਰਹਿੰਦੀ ਹੈ। ਕਹਿੰਦੇ ਨੇ ਸੰਸਾਰ ਇੱਕ ਐਸੀ ਕਹਾਣੀ ਹੈ। ਮੈਂ ਇਸੇ ਵਾਸਤੇ ਜਪੁਜੀ ਸਾਹਿਬ ਦਾ ਜਦੋਂ ਪਾਟਨਾ ਆਪਣਾ ਆਸਾ ਦੀ ਵਾਰ ਦਾ ਕੀਰਤਨ ਕੀਤਾ, ਉਦੋਂ ਇਹ ਗੱਲ ਕਹੀ ਸੀ ਵੀ ਨਾਲ ਨਾਲ ਦੇ ਦੋ ਸਲੋਕ ਨੇ, ਨਾਲ ਨਾਲ ਦੇ। ਉੱਥੇ ਇੱਕ ਸਵਾਲ ਖੜਾ ਹੁੰਦਾ, ਇੱਕ ਸਲੋਕ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਸੰਸਾਰ ਕੂੜ ਹੈ, ਹਾਂਜੀ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਅਤੇ ਮੈਂ ਕਿਹਾ ਨਾਲ ਹੀ ਦੂਜਾ ਸਲੋਕ ਹੈ ਪਹਿਲੇ ਕਿ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ ਸੱਚੇ ਆਕਾਰ। ਉੱਥੇ ਕਹਿੰਦੇ ਨੇ ਸੰਸਾਰ ਸੱਚ ਹੈ, ਇੱਥੇ ਕਹਿੰਦੇ ਨੇ ਸੰਸਾਰ ਕੂੜ। ਮੈਂ ਕਿਹਾ ਫਰਕ ਇੰਨਾ ਹੀ ਹੈ, ਜਿਵੇਂ ਕਹਾਣੀ ਸੱਚ ਹੈ ਪਾਤਰ ਸੱਚ ਨੇ, ਪਾਤਰ ਬਦਲਦੇ ਨੇ, ਪਾਤਰ ਬਦਲਦੇ ਨੇ, ਕਹਾਣੀ ਚੱਲਦੀ ਰਹਿੰਦੀ ਹੈ ਦੁਨੀਆ ਅੰਦਰ। ਪਾਤਰ ਬਦਲ ਕੇ ਵੀ ਕਹਾਣੀ ਖਤਮ ਨਹੀਂ ਹੁੰਦੀ, ਉਹ ਸਥਾਪਿਤ ਰਹਿੰਦੀ ਹੈ। ਇਸੇ ਤਰ੍ਹਾਂ ਕਦੀ ਵੀ ਕਿਸੇ ਪਾਤਰ ਨੂੰ ਆਪਣੇ ਵੱਲ ਤਵੱਜੋ ਦੇ ਕੇ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਮੇਰਾ ਪਾਠ ਕਿੰਨੀ ਕੁ ਦੇਰ ਹੈ। ਬਸ ਕਹਾਣੀ ਹਮੇਸ਼ਾ ਰਹਿਣੀ ਹੈ। ਗੁਰੂ ਬਖਸ਼ਿਸ਼ ਕਰੇ, ਸਾਧ ਸੰਗਤ ਇੱਕ ਉਹ ਅਸਥਾਨ ਹੈ ਜਿੱਥੇ ਆ ਕੇ ਹਰ ਪਾਤਰ ਨੂੰ ਆਪਣਾ ਪਾਠ ਸਮਝਾਇਆ ਜਾਂਦਾ ਹੈ ਕਿ ਤੇਰਾ ਪਾਠ ਇਹ ਹੈ। ਉਹ ਕਿਹੜਾ ਹੈ ਕਿ ਰਾਮ ਭਜ, ਰਾਮ ਭਜ ਜਨ ਸਿਰਾਤ ਹੈ, ਤੇਰਾ ਪਾਠ ਹੈ। ਭਈ ਪ੍ਰਾਪਤ ਮਾਨੁਖ ਦੇ ਹੋਈਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਢ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਤੇਰਾ ਪਾਠ ਹੈ। ਤਾਂ ਕਿ ਮੈਂ ਆਪਣੇ ਆਪ ਵਿੱਚ ਇੱਕ ਪਾਤਰ ਹਾਂ, ਮੈਨੂੰ ਆਪਣੇ ਪਾਠ ਦਾ ਤਜਰਬਾ ਹੋਣਾ ਚਾਹੀਦਾ ਹੈ ਨਾ, ਕਹਾਣੀ ਤਾਂ ਚੱਲਦੀ ਰਹਿਣੀ। ਗੁਰੂ ਬਖਸ਼ਿਸ਼ ਕਰੇ, ਇਸ ਸੰਸਾਰ ਵਿੱਚ ਆਉਣ ਵਾਲੇ ਹਰ ਜੀਵ ਨੂੰ ਗੁਰੂ ਬਾਣੀ ਰਾਹੀਂ ਸਾਧ ਸੰਗਤ ਵਿੱਚ ਬਿਠਾ ਕੇ ਉਹਨੂੰ ਆਪਣਾ ਪਾਠ ਸਿਖਾਉਂਦਾ ਹੈ, ਤਜਰਬਾ ਦਿੰਦਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਕੇ ਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।